ਪੰਜ ਬੰਦਿਆਂ ਦਾ ਪੰਜ ਪਰਚੀਆਂ ਪਾਣੇ ਆ ਪੰਜਾਂ ਪਰ ਮੁਖਤਲਿਫ ਨਾਂ ਦੀ ਛੋੜਨੇ ਆ ਫਿਰ ਜੇ ਇੱਕ ਚੁੱਕਾਂਗੇ ਪਤਾ ਲੱਗ ਜਾਏਗਾ ਕਿ ਕਿਹੜੀ ਜਗ੍ਹਾ ਫਿਰ ਉੱਧਰ ਟੁਰ ਜਾਵਾਂਗੇ ਚਲੋ ਹੀ ਨਿਕਲ ਲੈਣੇ ਆ ਠੀਕ ਹੈ ਠੀਕ ਹੋ ਗਿਆ ਹਾਂ ਤੁਸੀਂ ਇਹ ਦੱਸੋ ਕਿ ਜਰਾ ਹੀ ਨਹੀਂ ਜਿਹੜੀ ਹੈ ਕਿਹੜੀ ਸ਼ੈ ਮਸ਼ਹੂਰ ਹੈ ਜਰਾਈ ਪਕੌੜੇ ਸਮੋਸੇ ਮਸ਼ਹੂਰ ਆ ਇਹ ਫਰੈਸ਼ ਪੇਟੀ ਲਿਓ ਪਟ ਕੇ ਦੇਣ ਹਾਏ 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 ਕਮਾਲ ਹੋਇਆ ਇਹ ਗੱਲ ਕਮਾਲ ਇਹ ਬਾਜ਼ਾਰ ਨਿਕਾ ਜੀ ਹੈ ਜਰਾਈ ਮੇਰੇ ਖਿਆਲ ਵਿੱਚ ਬਾਜ਼ਾਰ ਕੋਈ ਇਤਨਾ ਬੜਾ ਨਹੀਂ ਇਤਨਾ ਬੜਾ ਨਹੀਂ ਹੈ ਬਿਲਕੁਲ ਛੋਟਾ ਬਾਜ਼ਾਰ ਛੋਟਾ ਬਾ ਚੀਜ਼ਾਂ ਸੀਆਂ ਟਰੱਕ ਲੱਗਿਆ ਸਾਨੀ ਗੱਡੀ ਅੱਗੇ ਦਾ ਇਹ ਰਾਹ ਇਧਰ ਮੁਸ਼ਕਲ ਨਾਲ ਹੀ ਦੇਨੇ ਨੇ ਉਹਨੇ ਅੱਛਾ ਵੈਸੇ ਤੁਸਾਂ ਨਾਲ ਸਾਨੀ ਇਤਫਾਕ ਨਹੀਂ ਮੁਲਾਕਾਤ ਹੋਈ ਹੈ ਇਤਫਾਕ ਨਹੀਂ ਹੋਈ 16-17 ਸਾਲ ਹੋ ਗਏ 16-17 ਸਾਲ ਹੋ ਗਏ ਤੇ ਇਸੇ ਜਗ੍ਹਾ ਬਰੀ ਤੇ ਸਿਰਫ ਚਾਹ ਸ਼ਾ ਰੱਖੀ ਹੈ ਜਾਂ ਕੋਈ ਹੋਰ ਚੀਜ਼ਾਂ ਵੀ ਆਏ ਨੇ ਚਾਹ ਤਾਂ ਵੀ ਸਰਦੀਆਂ ਚਾਹ ਪਕੌੜੇ ਤੇ ਗਰਮੀਆਂ ਜਗ੍ਹਾ ਸਭ ਤੋਂ ਖੀਰ ਸ਼ੀਰ ਇਹ ਉਹ ਲੱਗ ਚਾਹ ਤੇ ਕਿਉਂ ਡੋਲੀ ਨਾ ਛੋੜਿਓ ਚਾਹ ਬਣਾਣੇ ਮੈਨੇ ਡੋਲੀ ਨਾ ਜਾਏ ਕੀ ਸੀਨ ਹੈ ਜੀ ਸੀਨ ਇਹ ਹੈ ਕਿ ਕਿਰਾਏ ਟੁੱਟੀਆਂ ਛੁੱਟੀਆਂ ਹੋਈਆਂ ਸ਼ਹਿਰਾਂ ਵਿੱਚ ਅੱਛਾ ਅੱਛਾ ਇਸ ਨਾਲ ਇਹ ਤਰੀਕਾ ਟੁੱਟੀ ਬੰਦ ਹੋ ਗਈ ਹੈ ਚੈੱਕ ਕਰੋ ਜੀ ਕੋਟਲੀ ਰੋਡ ਪਰ ਟਰੱਕ ਇਹ ਜਨਾਬ ਜਾ ਰਿਹਾ ਟਰੱਕ ਤੇ ਮਾਸ਼ਾਅੱਲਾ ਫੁੱਲ ਲੋਡ ਹੈ ਲੱਗਣਾ ਟਰੱਕ ਟਰੱਕ ਲੱਗਣਾ ਫੁੱਲ ਲੋਡ ਹੈ ਚੜਾ ਜੋ ਲੋਡ ਜ਼ਿਆਦਾ ਹੈ ਨਾ ਲੋਡ ਜ਼ਿਆਦਾ ਹੈ ਵੈਸਨੇ ਪਰ ਲੱਗਣਾ ਪਿੱਛੇ ਰੁੜਾਗਾ ਨਹੀਂ 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 ਇਹ ਜਨਾਬ ਪੱਕੇ ਡਰਾਈਵਰ ਨੇ ਪਿੰਡੇ ਡਰਾਈਵਰ ਨੇ ਇੰਨਾ ਬੜੀਆਂ ਮਾਰਾਂ ਖਾਦੀਆਂ ਨਹੀਂ ਨਾ ਇਸ ਰੋਡਾਂ ਪਰ ਇੰਨਾ ਰੋਡਾਂ ਪਰ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਉਮੀਦ ਹੈ ਸਾਰੇ ਦੋਸਤ ਪਾਣਾ ਬਰਾ ਬਿਲਕੁਲ ਠੀਕ ਠਾਕ ਹੋ ਸਨੇ ਤਾਂ ਅੱਜ ਜ਼ਿੰਦਗੀ ਨਾਲ ਜਿਹੜਾ ਵਾਹਿਦ ਪਹਿਲਾ ਟੂਰ ਕਿ ਜਿਹੜਾ ਬਗੈਰ ਸ਼ਡਿਊਲ ਤੋਂ ਅਸੀਂ ਜਾ ਰਹੇ ਹਾਂ ਕੋਈ ਪਤਾ ਨਹੀਂ ਅਸਾਂ ਕਿਹੜੀ ਜਗ੍ਹਾ ਤੇ ਜਾ ਰਹੇ ਹਾਂ ਲੇਕਿਨ ਤੁਹਾਨੂੰ ਹੀ ਪਤਾ ਚੱਲ ਜਾਏਗਾ ਇਸ ਵੀਡੀਓ ਦੀ ਲਾਸਟ ਤੱਕ ਤੱਕਣੇ ਤੱਕ ਅੱਗੇ ਚੱਲਨੇ ਆ ਔਰ ਅੱਗੇ ਚੱਲ ਕੇ ਤੱਕਾਂਗੇ ਕਿ ਕਿਹੜੀ ਜਗ੍ਹਾ ਪਰ ਅਸੀਂ ਜਾ ਰਹੇ ਹਾਂ ਇੱਥੋਂ ਜਨਾਬ ਅਸਾਂ ਲੈਣੇ ਸੀ ਕੋਈ ਟਿਸ਼ੂ ਵਗੈਰਾ ਤੇ ਬਸ ਟਿਸ਼ੂ ਹੀ ਲੈਣੇ ਨਾ ਹਾਂ ਟਿਸ਼ੂ ਲੈਣੇ ਅੱਛਾ ਤੇ ਜਨਾਬ ਹੁਣ ਅਸਾਂ ਇੱਥੋਂ ਲੈਣ ਟਿਸ਼ੂ ਇਹ ਸਾਈਡ ਪਰ ਸਾਨੀ ਗੱਡੀ ਖਲੋਤੀ ਹੈ ਬਹਿ ਕੇ ਚੱਲਨੇ ਆ ਗਏ ਸਫ਼ਰ ਦਾ ਆਗਾਜ਼ ਜਿਹੜਾ ਸ਼ੁਰੂ ਕਰਨੇ ਆ ਗਏ ਜਨਾਬ ਇਹ ਟਿਸ਼ੂ ਲੈਣ ਅਸਾਂ ਤਾਂ ਹੁਣ ਹੀ ਨਹੀਂ ਰੱਖ ਛੋੜਨੇ ਇੱਥੇ ਬੈਕ ਸਾਈਡ ਉੱਪਰ ਕੈਮਰਾ ਨੀ ਸੀ ਆਨ ਹੋਇਆ ਚਲੋ ਹੁਣ ਕੁਝ ਖਾ ਵੀ ਦੇਣ ਅਸਾਂ ਤੇ ਕਹਿ ਸੀਨ ਸੀ ਇਸ ਤੱਕ ਬਈ ਜਿਹੜੇ ਕੇਲੇ ਅਸਾਂ ਲਏ ਸੀ ਇਹ ਠੀਕ ਸੀ ਕੇਲੇ ਜਨਾਬ ਚੀਜ਼ਾਂ ਨਕਸ ਵੀ ਇਧਰ ਚੱਲਣੀਆਂ ਆਰਟੀਫੀਸ਼ਲ ਠੀਕ ਹੋ ਗਿਆ ਬਾਕੀ ਹੋਰ ਕਹਿੰਦੇ ਸੀ ਮਾਲਟੇ ਹੁੰਦੇ ਸੀ ਬਾਕੀ ਜਨਾਬ ਮਾਲਟੇ ਮਾਲਟੇ ਨੀ ਕਿਆ ਸੂਰਤ ਹਾਲ ਹੈ ਮਾਲਟੇ ਬੜੇ ਖੂਬਸੂਰਤ ਹਨ ਇਹ ਖੂਬਸੂਰਤ ਹਨ ਲੇਕਿਨ ਅੰਦਰ ਗੱਲਾਂ ਬਾਣੇ ਅੰਦਰੂ ਖੱਟੇ ਸੀ ਸਹੀ ਗੱਲ ਹੈ ਨਾ ਬਿਲਕੁਲ ਇਸ ਤਰ੍ਹਾਂ ਹੀ ਹੈ ਹਾਂ ਇੰਗਲੈਂਡ ਹੋਣੇ ਤੇ ਉਧਰ ਫਰੂਟ ਇਸ ਤਰ੍ਹਾਂ ਨਾ ਕਦੇ ਤੱਕਿਆ ਹੋਵੇ ਭਾਈ ਜੀ ਮੈਂ ਜਿਹੜਾ ਤੁਸੀਂ ਇੰਦੇ ਨੇ ਕੇਲੇ ਤੁਸੀਂ ਤੇ ਆ ਕੇ ਤੁਸੀਂ ਕਹੇ ਖਾਓ ਜੀ ਕੇਲਾ ਆਪਣੇ ਮੁਲਕ ਹੈ ਨਾ ਵੀ ਅੱਛਾ ਤੇ ਮੈਂ ਆਇਆ ਵੀ ਬੜੇ ਅਰਸੇ ਬਾਅਦ ਆਉਂ ਤੇ ਜਿਹੜਾ ਮੈਂ ਕੇਲਾ ਛਿਲਿਆ ਹੈ ਠੀਕ ਹੋ ਗਿਆ ਛਿਲਿਆ ਕਿ ਉਹ ਕਾਗਜ਼ਾਂ ਲੋ ਲੋ ਵੀ ਕੋਣਾ ਜਿਸ ਤਰ੍ਹਾਂ ਨਹੀਂ ਉਹ ਗੱਤਾ ਹੋਣਾ ਮੈਂ ਸੋਚਿਆ ਹੋਣਾ ਹੀ ਸਰਾਬ ਹੈ ਇਹ ਭਾਈ ਰੀ ਇਹਨਾਂ ਵਿੱਚ ਕਿਹਾ ਕੋਈ ਨਹੀਂ ਅੱਛਾ ਇਸ ਦਾ ਮਤਲਬ ਤੁਸੀਂ ਸਮਝੇ ਕਿ ਆਰਟੀਫੀਸ਼ੀਅਲ ਹੀ ਤਾਂ ਹੀ ਕਿਤੇ ਪ੍ਰੈਂਕ ਤਾਂ ਨਹੀਂ ਕਰ ਰਿਹਾ ਸਾਰੇ ਨਾਲ ਕੋਈ ਕੋਈ ਚਾਈਨਾ ਨਾ ਮਾਲ ਆ ਗਿਆ ਜਾਂ ਕਿਆ ਹੋਇਆ ਕੋਈ ਪਤਾ ਨਹੀਂ ਕੋਈ ਨਵੀਂ ਚੀਜ਼ ਆ ਗਈ ਨਵੀਂ ਚੀਜ਼ ਆ ਗਈ ਹੈ ਫਿਰ ਕੋਸ਼ਿਸ਼ ਕੀਤੀ ਹੈ ਫਿਰ ਅਸਾਂ ਉਹ ਸੱਟ ਛੋੜੇ ਨੇ ਫਿਰ ਅਗੋਂ ਹੁਣ ਕੋਈ ਹੋਰ ਹੀ ਕੋਈ ਤੱਕੋ ਸਾਡੇ ਵਾਸਤੇ ਕੋਈ ਚੀਜ਼ ਖਾਣੀ ਵਾਲੀ ਉਹ ਤਾਂ ਨਹੀਂ ਕੋਈ ਕਮੈਂਟ ਨਿਕਲੀ ਅੱਛਾ ਜਾਂ ਚਲੋ ਜੀ ਉਹ ਤਾਂ ਬਾਕੀ ਸਾਰੀਆਂ ਗੱਲਾਂ ਠੀਕ ਹਨ ਤੇ ਸਦਾਕਤ ਬਈ ਇਹ ਵੀ ਕੋਈ ਚੀਜ਼ਾਂ ਲਈਆਂ ਨੇ ਪਾਣੀ ਨਾ ਕ੍ਰਿਸਪ ਹੁੰਦਾ ਅੱਛਾ ਕਿਉਂਕਿ ਸਫ਼ਰ ਸਾਡਾ ਥੋੜ੍ਹਾ ਜਿਹਾ ਅੱਜ ਲੰਬਾ ਬਗੈਰ ਸ਼ਡਿਊਲਿਓ ਅਸੀਂ ਨਿਕਲੇ ਹਾਂ ਤਾਂ ਕੋਈ ਪਤਾ ਨਹੀਂ ਤਾਂ ਇਸ ਵਜ੍ਹਾ ਤੋਂ ਅਸਾਂ ਇਤਿਆਤਨ ਇਹ ਚੀਜ਼ਾਂ ਜਿਹੜੀਆਂ ਨਹੀਂ ਹੁੰਦੀਆਂ ਨਾਲ ਚਲੋ ਹਾਂ ਥੋੜ੍ਹਾ ਬੰਦਵਾਸ ਕਰ ਲਓ ਵੀਏ ਹਾਂ ਤੇ ਥੋੜ੍ਹਾ ਮੋਲ ਜਾਣਾ ਨਾ ਬਣ ਜਾਏ ਨਾ ਪੁੱਛੂ ਕੁਦਾ ਲੱਗਿਆ ਰਾਹ 'ਚ ਤਾਂ ਚੀਜ਼ ਹੀ ਕੋਈ ਨਾ ਹੋਵੇ ਜੀ ਸਦਾਕਤ ਬਾਈ ਕਿੱਥੋਂ ਪੁੱਜਾ ਆ ਅਸਾਂ ਇਸਲਾਮਗੜ੍ਹ ਕ੍ਰਾਸ ਕਰ ਗਿਆ ਤਾਂ ਹੁਣ ਚਕਸਵਾਰੀ ਪੁੱਜਾ ਆ ਅੱਛਾ ਇਸ ਦਾ ਮਤਲਬ ਅਸਾਂ ਇਸਲਾਮਗੜ੍ਹ ਕੀ ਛੋੜ ਕੇ ਤੇ ਚਕਸਵਾਰੀ 'ਚ ਜਾਣਾ ਨੇ ਐਂਟਰੀ ਮਾਰ ਲਓ ਰੋਡ ਜਿਹੜੀਆਂ ਨੇ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ ਤਾਂ ਬੜੀ ਜਲਦੀ ਪੁੱਜਾ ਆ ਅੱਛਾ ਅਗਰ ਰੋਡ ਖਰਾਬ ਹੋਣ ਤੇ ਟਾਈਮ ਬਹੁਤ ਜ਼ਿਆਦਾ ਲੱਗਾ ਹੈ ਪੁਜਾ ਨਹੀਂ ਹੁਣ ਚੈੱਕ ਸਵਾਰੀ ਜਿਹੜਾ ਹੈ ਮੇਨ ਚੌਕ ਹੈ ਜਿਹੜਾ ਇਸ ਸਾਈਡ ਪਰ ਲਿਖਿਆ ਮੇਰੇ ਖਿਆਲ ਜੀ ਕੋਟਲੀ ਡੜਿਆਲ ਚੈੱਕ ਸਵਾਰੀ ਕਿਹੜੇ ਪਾਸੇ ਹੁਣ ਮੂਡ ਹੈ ਕਿੱਧਰ ਜਾ ਰਹੇ ਹੋ ਮੂਡ ਕੋਈ ਬੰਜੀ ਤੇ ਗੱਡੀ ਲੈ ਜਿੱਧਰ ਗੱਡੀ ਫੇਰ ਗਈ ਜਿੱਧਰ ਗੱਡੀ ਫੇਰ ਗਈ ਜੀ ਚਲੋ ਜੀ ਅੱਛਾ ਚਲੋ ਜੀ ਇਹ ਭਾਈ ਨਾ ਆਖਿਆ ਕਿ ਚਲੋ ਡੜਿਆਲ ਵਾਲੇ ਪਾਸੇ ਜਾਣ ਦਿਓ ਲੇਕਿਨ ਇਹ ਹੁਣ ਪਲਾਕਾ ਨਹੀਂ ਪੁਲਿਆ ਤਾਂ ਜਾ ਕੇ ਤੱਕਾਂਗੇ ਕਿ ਹੁਣ ਡੜਿਆਲ ਵਾਲੇ ਪਾਸੇ ਜਾਣੇ ਕਿ ਉੱਥੇ ਜਾ ਕੇ ਕੋਈ ਹੋਰ ਮੂਡ ਨਾ ਬਦਲ ਜਾਏ ਨਹੀਂ ਜਾਣਾ ਕੋਟਲੀ ਜਾਣਾ ਮੈਂ ਟਾਸਕ ਕਰ ਰਿਹਾ ਹਾਂ ਟਾਸ ਕਰੀਏ ਟਾਸ ਕਰ ਲੈ ਜਿੱਦ ਜਿੱਦ ਲੈ ਜਾਵਾਂਗੇ ਜਿੱਦ ਜਿਹੜਾ ਪੰਨਾ ਜੁੱਤਿਆ ਹਾਂ ਠੀਕ ਹੋ ਗਿਆ ਚਲੋ ਬਾਅਦ ਹੀ ਜਾਣਾ ਸੀ ਪਰਚੀਆਂ ਛਟੀਆਂ ਬਾਨੇ ਆ ਤਾਂ ਸਿਲੈਕਟ ਕਰਦੇ ਆ ਕੀ ਰਾਸ਼ ਸਾਹਿਬ ਅੱਜ ਪਹਿਲੀ ਵਾਰੀ ਆਏ ਹੋ ਜ਼ਿੰਦਗੀ ਸਾਂ ਇੰਦਰ ਇਸ ਏਰੀਏ ਚ
ਤੇ ਕੀ ਫੀਲ ਕਰ ਰਹੇ ਹੋ ਜਨਾਬ ਬਹੁਤ ਅੱਛਾ ਫੀਲ ਕਰ ਰਿਹਾ ਬਹੁਤ ਹੀ ਖੂਬਸੂਰਤ ਇਲਾਕਾ ਔਰ ਜਨਾਬ ਤੱਕੋ ਥੱਲੇ ਨੀਚੇ ਸਬਜ਼ਾ ਜਨਾਬ ਕਣਕਾਂ ਰਹਿਣੀਆਂ ਨੇ ਜੁੰਮਾ ਰਹਿਆ ਅੱਛਾ ਪੂਰਾ ਦੇਸੀ ਮਾਹੌਲ ਇਸ ਗਿਆਨੇ ਨੌ ਬੰਦੇ ਆ ਅੱਛਾ ਸ਼ੁਕਰ ਹੈ ਤੁਸੀਂ ਵੀ ਕਸ ਗੁੰਮੇ ਜੀ ਜਿਹੜਾ ਨੇ ਬਾਹਰ ਨਿਕਲੇ ਹੋ ਜਾ ਮੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਚਲੋ ਅੱਜ ਦੀ ਸਾਈਡ ਪਰ ਆਏ ਹੋ ਟਾਈਮ ਕੱਢ ਕੇ ਸਾਡੇ ਨਾਲ ਬਾਕੀ ਅੱਗੇ ਦਰਚੋਕ ਵੀ ਹੈ ਹੋਣੀ ਜੀ ਇੱਥੋਂ ਕਿਹੜੀ ਸਾਈਡ ਤੇ ਜਾਣੇ ਕੋਈ ਸਿਲੈਕਟ ਕਿੱਥੇ ਨਾ ਡਡਿਆਲ ਜਾਣੇ ਆ ਪਰ ਅਸਾਂ ਜਨਾਬ ਬੈਠੇ ਆ ਜਿੱਧਰ ਗੱਡੀ ਮੁੜ ਜਾਂਦੀ ਅਸਾਂ ਉਧਰੇ ਆ ਕੋਈ ਪਤਾ ਨਹੀਂ ਅੱਛਾ ਇਹ ਗੱਡੀ ਨੇ ਆਏ ਜੇ ਤਿਆਰੀ ਚ ਹੈ ਮਤਲਬ ਗੱਡੀ ਜਿੱਧਰ ਜਾਏਗੀ ਉਹ ਹੀ ਲੈ ਕੇ ਜਾਏਗੀ ਅਸਾਂ ਕੋਈ ਪਤਾ ਨਹੀਂ ਕੋਈ ਪਤਾ ਇੱਥੇ ਵੀ ਅੱਗੇ ਵੀ ਚੌਕ ਆ ਗਿਆ ਪਹਿਲਾਂ ਅਸਾਂ ਉਧਰ ਇੱਥੇ ਪਰਚੀਆਂ ਬੈਸਨ ਯਾ ਟਾਸ ਹੋਸੀ ਅੱਛਾ ਹੁਣ ਚੌਕਾ ਚ ਉਹ ਹੀ ਹਾਲ ਹੈ ਯਾ ਟਾਸ ਮਤਲਬ ਪਰਚੀਆਂ ਬਈ ਹੁਣ ਪੰਜ ਬੰਦੇ ਆ ਤਾਂ ਪੰਜਾਂ ਨੇ ਡਿਫਰੈਂਟ ਵਿਊ ਕੋਣਾ ਡਡਿਆਲ ਕੋਈ ਆਣਾ ਚਕਸਵਾਰੀ ਤੇ ਕੋਈ ਆਣਾ ਜਲੋ ਕੋਟਲੀ ਕੋਈ ਆਣਾ ਗੁਲਪੁਰ ਹੁਣ ਕਹਿ ਪਤਾ ਹੁਣ ਹਰ ਬੰਦੇ ਨੇ ਰਾਏ ਵੱਖ ਹੈ ਪੰਜ ਬੰਦੇ ਆ ਤਾਂ ਪੰਜ ਪਰਚੀਆਂ ਬਾਨੇ ਆ ਪੰਜਾਂ ਵਰ ਮੁਖਤਲਿਫ ਨਾ ਦੀ ਛੋੜਨੇ ਆ ਹਾਂ ਫਿਰ ਜੇ ਇੱਕ ਚੁੱਕਾਂਗੇ ਪਤਾ ਲੱਗ ਜਾਏਗਾ ਕਿ ਕਿਹੜੀ ਜਗ੍ਹਾ ਉਧਰ ਫਿਰ ਉਧਰ ਟੁਰ ਜਾਵਾਂਗੇ ਚਲੋ ਹੀ ਨਿਕਲ ਰਹੇ ਹਾਂ ਠੀਕ ਹੈ ਠੀਕ ਹੋ ਗਿਆ ਇਹ ਅੱਗੇ ਚੌਕ ਹੈ ਜਨਾਬ ਇਹ ਚੌਕ ਜਾਣਾ ਹੈ ਇਸ ਸਾਈਡ ਉੱਪਰ ਜਾਓਗੇ ਤਾਂ ਕੋਟਲੀ ਅਤੇ ਇੱਧਰੋਂ ਥੱਲੇ ਡਲੋਗੇ ਤਾਂ ਜਨਾਬ ਡਡਿਆਲ ਅਸਾਂ ਨਾ ਕੋਈ ਪਤਾ ਨਹੀਂ ਹੁਣ ਕਿੱਧਰ ਜਾਵਾਂਗੇ ਅਸਾਂ ਡਡਿਆਲ ਵਾਲੇ ਪਾਸੇ ਤੱਕ ਉਹਨਾਂ ਗਏ ਇੱਥੋਂ ਮੁੜ ਆਏ ਸਾਂ ਇੱਧਰ ਕੋਟਲੀ ਵਾਲੀ ਸਾਈਡ ਉੱਪਰ ਅਤੇ ਹੁਣ ਤੱਕੋ ਕਿ ਅਸਾਂ ਹੁਣ ਕਿਹੜੀ ਜਗ੍ਹਾ ਪਰ ਜਾ ਕੇ ਸਟੇ ਕਰਨੇ ਹਾਂ ਅਤੇ ਮਜ਼ਾ ਆ ਰਿਹਾ ਇਸ ਰੋਡ ਉੱਪਰ ਸਫ਼ਰ ਕਰਨੇ ਨਾਲ ਕਿਹੋ ਹਾਲ ਹੈ ਬੜੀ ਮਜ਼ਾ ਜੀ ਰੋਡ ਜੇ ਨਵੇਂ ਆ ਰੋਡ ਨਵੀਂ ਹੈ ਜੰਪ ਕੋਈ ਕੁਝ ਨਹੀਂ ਅਤੇ ਨਾਲ ਜ਼ਿਗ ਜ਼ੈਗ ਜਿਹੜੇ ਮੋੜ ਹਨ ਇਹਨਾਂ ਨਾਲ ਵੀ ਆਪਣੀ ਮਜ਼ਾ ਹੈ ਨਾਲ ਕੋਟਲੀ ਲਈ ਰੋਡ ਹੋਵੇ ਤੇ ਨਾਲ ਹੈਗਾ ਜੀ ਜਿਹੜਾ ਡੱਬਾ ਜਿਹੜਾ ਆ ਰਿਹਾ ਬਸ ਇਹ ਨਜ਼ਾਰੇ ਜਿਹੜਾ ਨੇ ਫਿਰ ਤੁਸੀਂ ਕਿਧਰੇ ਨੀ ਮਿਲ ਸਕਦੇ ਕਿਸੇ ਕੰਟਰੀ ਚ ਨੀ ਮਿਲਣੇ ਤੇ ਇਹ ਸਿਰਫ ਨਜ਼ਾਰੇ ਤੁਸੀਂ ਲੱਭ ਸਕਦੇ ਇੱਥੇ ਕੋਟਲੀ ਰੋਡ ਉੱਪਰ ਇਹਨਾਂ ਕੋਈ ਡੈਂਪਰ ਜਿਹੜਾ ਨੇ ਖਰਾਬ ਹੋ ਗਿਆ ਟਾਇਰੇ ਹੀ ਪਤਾ ਨਹੀਂ ਮਸਲਾ ਆਇਆ ਨੀ ਕੰਮ ਕੋਈ ਖਰਾਬ ਹੀ ਹੋ ਗਿਆ ਟਾਇਰ ਪੈਂਚਰ ਆਇਆ ਫਿਰ ਜੀ ਹੁਣੇ ਲਿਆ ਚਲੋ ਚਲੋ ਜੁਮੇ ਦਾ ਟਾਈਮ ਹੋ ਗਿਆ ਜੀ ਜੀ ਚਲੋ ਜੀ ਆ ਜੁਮੇ ਦਾ ਦਿਹਾੜਾ ਵੈਸੇ ਵੀ ਜੁਮਾ ਸ਼ੁਮਾ ਪੜਨਾ ਚਾਹੀਦਾ ਤੇ ਹੁਣ ਚਲੋ ਜੁਮਾ ਪੜਨੇ ਆ ਸਭ ਤੋਂ ਪਹਿਲਾਂ ਤੇ ਹੁਣ ਜੁਮੇ ਦਾ ਟਾਈਮ ਹੈ ਤਾਂ ਸਾਖੇ ਚਲੋ ਜੁਮਾ ਸ਼ੁਮਾ ਪੜੀਏ ਤੇ ਹੁਣ ਚੱਲਦੇ ਹਾਂ ਮਸਜਿਦ ਵਿੱਚ ਤਾਂ ਉੱਥੇ ਜੁਮਾ ਪੜਨੇ ਆ ਤੇ ਫਿਰ ਅਗਲਾ ਇਨਸ਼ਾਅੱਲਾ ਸਫ਼ਰ ਨਾ ਜਿਹੜਾ ਨਾ ਉਹ ਆਗਾਜ਼ ਸ਼ੁਰੂ ਕਰਨਾ ਅਸੀਂ ਪੁੱਜੇ ਹੁਣ ਮਸਜਿਦ ਕੋਲ ਤੇ ਆਵਾਮ ਸ਼ਵਾਮ ਜਿਹੜੀ ਹੈ ਉਹ ਜਾ ਹੀ ਰਹੀ ਹੈ ਜਨਾਬ ਮਸਜਿਦ ਵਿੱਚ ਤਾਂ ਹੁਣ ਚੱਲਦੇ ਹਾਂ ਜੁਮਾ ਸ਼ੁਮਾ ਪੜਨੇ ਆ ਤੇ ਫਿਰ ਇਨਸ਼ਾਅੱਲਾ ਸਫ਼ਰ ਨਾ ਆਗਾਜ਼ ਸ਼ੁਰੂ ਕਰਨੇ ਆ ਮਾਸ਼ਾਅੱਲਾ ਜੀ ਅਸਾਂ ਇੱਥੇ ਜੁਮਾ ਪੜਿਆ ਮਸਜਿਦ ਵਿੱਚ ਤੇ ਹੁਣ ਨੈਕਸਟ ਕੀ ਪਲੈਨਿੰਗ ਹੈ ਹੁਣ ਜੁਮਾ ਸ਼ੁਮਾ ਪੜ ਕੇ ਤੱਕਣੇ ਆ ਗਿਆ ਕੁਦੇ ਜਾਣੇ ਆ ਅੱਛਾ ਇੱਥੇ ਜਿਹੜਾ ਨਾ ਗੈਸਾ ਮਾੜਾ ਵਾਟਰਫਾਲ ਜਿਹੜਾ ਅੱਛਾ ਉਧਰ ਜਾ ਰਹੇ ਆ ਹਾਂ ਚਲੋ ਸਰਪ੍ਰਾਈਜ਼ ਹੀ ਵੈਸੇ ਹੁਣੀ ਦੱਸ ਛੜੇ ਕਿ ਕਿਤੇ ਪਤਾ ਨਹੀਂ ਨਾ ਗੈਸ ਕੀਤਾ ਨਾ ਜੀ ਜੁਮਾ ਸ਼ੁਮਾ ਪੜਿਆ ਤੇ ਦਿਲੇ ਕਿ ਸਕੂਨ ਆ ਗਿਆ ਹਾਂ ਕੀ ਹਾਲ ਹੈ ਸਕੂਨ ਹੈ ਦਿਲੇ ਨਾ ਜੀ ਚਲੋ ਠੀਕ ਹੋ ਗਿਆ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਹਾਲ ਹੈ ਅਲਹਮਦੁਲਿਲਾ ਠੀਕ ਠਾਕ ਜਾਨ ਸਹੀ ਹੈ ਸੈਟ ਹੈ ਕੀ ਨਵੀਂ ਦਾਦੀ ਹੈ ਕੋਈ ਨਹੀਂ ਸੋ ਸੁਣਾਓ ਇਹ ਕਿਹੜੀ ਜਗ੍ਹਾ ਹੈ ਇਹ ਜਿਹੜਾ ਹੀ ਹੈ ਤੇ ਬਾਕੀ ਇਹ ਦੱਸੋ ਕਿ ਇੱਥੇ ਖਾਣੀ ਪੀਣੀ ਲਈ ਚੀਜ਼ ਕਿਹੜੀ ਮਸ਼ਹੂਰ ਹੈ ਮਸ਼ਹੂਰ ਕਿਹੜੀ ਹੈ ਇੱਥੇ ਭੁੱਖ ਲੱਗੀ ਹੈ ਬੜੀ ਡਾਡੀ ਕਿਹ ਚੀਜ਼ ਇੱਥੇ ਨਹੀਂ ਟਰਾਈ ਕੀਤੀ ਜਾਏ ਇੱਥੇ ਰੋਟੀ ਔਰ ਰੈਬ ਕਾ ਨਾ ਨਾ ਰੋਟੀ ਨਹੀਂ ਕੋਈ ਅਸੀਂ ਕੋਈ ਚਸਕਾ ਲਾਣਾ ਚਾਹਨੇ ਆ ਕੋਈ ਚਸਕਾ ਟਾਈਪ ਕੋਈ ਫੇਵਰਿਟ ਮਤਲਬ ਮਲਤਾਨ ਜਾਓ ਜੀ ਉੱਥੇ ਨਾ ਸੋਨ ਹਲਵਾ ਮਸ਼ਹੂਰ ਹੈ ਬਾਕੀ ਜੀ ਕੁਛ ਜਗ੍ਹਾ ਗੁੜ ਮਸ਼ਹੂਰ ਹੈ ਕੁਝ ਜਿਹੜੇ ਕੁਝ ਜਾਣੀ ਜਿਹੜੀ ਯਾਰ ਮੱਕੇ ਦੀ ਰੋਟੀ ਵੀ ਮਸ਼ਹੂਰ ਹੈ ਹਾਂ ਤੁਸੀਂ ਇਹ ਦੱਸੋ ਕਿ ਜਰਾ ਹੀ ਨਹੀਂ ਜਿਹੜੀ ਹੈ ਕਿਹੜੀ ਸ਼ੈ ਮਸ਼ਹੂਰ ਹੈ ਜਰਾ ਹੀ ਪਕੌੜੇ ਸਮੋਸੇ ਮਸ਼ਹੂਰ ਲੇਕਿਨ ਅੱਜ ਜੁਮਾ ਇਸ ਜੀ ਦੁਕਾਨ ਬੰਦ ਹੈ ਜੀ ਅੱਛਾ ਦੁਕਾਨ ਇਹ ਨੀਚੇ ਤਾਂ ਖੋਲਣੇ ਨਹੀਂ ਦੁਕਾਨ ਅਗਰ ਜੁਮੇ ਉਹ ਬੰਦ ਕਰਨੇ ਬਾਕੀ ਛੇ ਤਾਂ ਹਫਤੇ ਖੁੱਲੀ ਰਹਿਣੀ ਨਾ ਅਗਰ ਥੋੜੇ ਅੱਧਾ ਕਿਲੋ ਅਸੀਂ ਬਣਾ ਦੇਣਾ ਤਾਂ ਜਿਹੜਾ ਪੇਮੈਂਟ ਸਪੈਸ਼ਲ ਚੀਜ਼ ਆ ਤਾਂ ਫਿਰ ਅਸੀਂ ਟਰਾਈ ਕਰ ਸਕਨੇ ਆ ਉਹ ਪੁਰਾਣੇ ਮੇ ਤੱਕ ਉਹ ਸੁਬਾ ਨਾ ਬਣਾਏ ਸਨ ਅੱਛਾ ਨਾਲ ਧੂੜ ਪੀ ਗਿਆ ਥੋੜੇ ਜਿਹਾ ਚਲੋ ਰੋਡ ਨਾਲ ਲੱਗਣੀ ਆ ਧੂੜ ਤਾਂ ਪੈ ਜਾਣੀ ਆ ਸਮਾਨੀ ਕਿਹੜੀ ਜਗ੍ਹਾ ਹੈ ਸਮਾਨੀ ਚੌਕੀ ਹਾਲਾ ਮਾਸ਼ਾਅੱਲਾ ਜੀ ਉਸ ਸਾਈਡ ਪਰ ਵਾਮ ਜੁਮਾ ਪੜਕਾ ਹੁਣ ਨਿਕਲਣ ਲੱਗ ਪਈ ਆ ਤੇ ਜਨਾਬ ਰਸ਼ ਸਾਹਿਬ ਵੀ ਆਪਣੇ ਆ ਗਏ ਜੁਮਾ ਪੜਿਆ ਜੀ ਜਨਾਬ ਦਿਲੇ ਕੀ ਸਕੂਨ ਆ ਗਿਆ ਕਿਆ ਹਾਲ ਹੈ ਸਭ ਤੋਂ ਪਹਿਲੇ ਹੁਣ ਰਿਲੈਕਸ ਹੋ ਗਏ ਆ ਸਾਰੇ ਫਰੈਸ਼ ਹੋ ਗਏ ਆ ਅਸਰ ਹੋਣੀ ਦਿੱਤੀ ਗੱਲ ਨਹੀਂ ਪਤਾ ਅੱਛਾ ਕੀ ਹੋਣ ਭਾਈ ਪਿੱਛੇ ਕਰਨ ਦੀ ਨਾ ਚੈੱਕ ਕਰ ਕੇ ਸਾਲਾ ਮਾਲਟੇ ਕੱਟੇ ਹੋਸਾਂ ਜਾਂ ਮਿੱਠੇ ਹੋਸਾਂ ਚੈੱਕ ਕਰਨ ਦੀ ਉਹਨੂੰ ਪਹਿਰਾ ਆਖਿਆ ਪਹਿਰਾ ਹਨ ਮਾੜੇ ਚੌਕੀ ਸਮਾਣੀ ਘਰ ਨ ਤੁਸੀਂ ਜਨਾਬ ਚੈੱਕ ਕਰੋ ਅਗਰ ਪਸੰਦ ਆਵੇ ਫਿਰ ਪੈਸੇ ਦਿਓ ਇਹ ਉਹ ਸਲਾਮਗੜ ਵਾਲਾ ਹਿਸਾਬ ਨਹੀਂ ਜਿਹੜਾ ਰਾਜਸਥਾਨ ਵਾਲਾ ਹੋਇਆ ਹੈ ਕਿ ਉਹ ਜਿਹੜੇ ਉੱਥੇ ਲੈਣ ਦਾ ਜਨਾਬ ਕੇਲਾ ਛਿਲਿਆ ਤੇ ਛਿਲਣ ਨਹੀਂ ਸੀ ਆਉਣ ਲੱਗੇ ਆ ਤਾਂ ਮਾਲਟਾ ਜਨਾਬ ਅਸਾਂ ਛਿਲਿਆ ਦੇ ਅੱਛਾ ਉਹ ਜਨਾਬ ਹੋ ਗਿਆ ਸਾਡੇ ਨਾਲ ਰਾਜ ਧੋਖਾ ਤੇ ਹੁਣ ਉਮੀਦ ਹੈ ਕਿ ਧੋਖਾ ਨਹੀਂ ਆਉਣ ਲੱਗਾ
चलो जी चेक करो जी जनाब केला लगे ते जनाब ए फ्रेश पेटी लो पट के दे हाय 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 ए कमाल नी चीज है जनाब पेटी पटनी है अच्छा अच्छा माशाल्लाह फ्रेश जनाब पेटी खोली है ना ते बिच्चू जनाब हुन चेक करने हैं माशाल्लाह ए तो जबरदस्त है हुन चेक करो इसकी वाकई कोई चीज नजर आई है चीज है ना इसकी हुन छिलो ने इसकी छिल के चेक करो ने मीठा है ना बिस्मिल्लाह ए हुन इमरान मुगल कश्मीरी याद आ गया इसका नहीं जड़ी जिस तरह से ना अंदाज सी ना बोलने ना ओ इमरान मुगल कश्मीरी है भाई मोटरसाइकिल पे जगह लिखे दर दसो ए जनाब मोटरसाइकिल है भाई रणा बड़ी शहजादी जी गड्डी रखी है ना ते टूटियां छुटियां ने कंदा लाईयां पता नहीं केड़ा कोई गाना छाना सोने होणगे ए के लिखे ने कोई दौड़ पतंगा रब दा वास्ता ही ना छेड़ मलंगा माशाल्लाह जी बड़ा डर लगा भाई आ तो तुसी भी चेक करो भाई माल्टे बड़े मशहूर स्पेशल सरगोधे दुआने मंडी माशाल्लाह जी भाई ना इत बड़ा जबरदस्त इतना निजाम चलाया भाई कार समानी कार समानी जनाब इतना सब्जी का कारोबार करने पिंडी तो आने अच्छा अच्छा तो कितना अरसा हो गया इतना कारोबार करने साल ही को है इस तू पहला क्या करने सो पहले बनने सो अच्छा अच्छा तो कितनी क्या है कोई एजुकेशन है तुसानी कैफे है ठीक हो गया तो माल्टा इन्हें दिता है इन्हें आख्या पहला चेक करो अगर तुसा मतलब मीठा आया तो फिर तुसा पैसे दियो अगर ना आया तो फिर ना दियो तो माशाल्लाह बड़ा जबरदस्त जनाब माल्टा असर टेस्ट किया है माशाल्लाह मीठा हो जबरदस्त हो गया भाई पांच हो गए दो खादे बारह हो गए सही गल दसी है ते असा भी पूरा पूरा इंसाफ करांगे तुसा नाल असा जेड़े दो खादे उन्होंने भी पेमेंट देंगे नहीं नहीं किसे दर्जन ने 180 तुसा 280 कट लो असी माल्टे इतने पसंद आए ने के असा 100 रुपया असा तुसा टिप दे रहे हां असा माशाल्लाह असा माल्टा पसंद आया इस वजह तू ठीक है रहन दियो बस ठीक है खुश रहो ते दुआएं याद रखना है ते दुआ करनी है असान जिस साइड पर जा रहे हैं बगैर शेड्यूल तू असान जरा सफर है ना सही गुजर जाए आमीन ठीक है जी जज़ाकअल्लाह ये बाजार निका जी है जराई मेरे ख्याल बाजार कोई इतना बड़ा नहीं है इतना बड़ा नहीं है बिल्कुल छोटा बाजार छोटा बस चीजें अच्छी अच्छा चीजें मतलब नेक चीजा मतलब सही लबनी है लेकिन बाजार छोटा जाए असन सिर्फ माल्टी खादे ने और तो चीज असन को खादी को नहीं एक ही मतलब चावल ने दे क्या एक दाना चेक करने भी अच्छा है यो सही हो तो सारे अच्छा होना अच्छा अच्छा चीज चेक की थी माशाल्लाह अच्छी है देखना मतलब है कि जराई जड़ा बाजार इसने चीजा खालिस मिलनी होनी जी तो बाकी हूँ पकौड़िया समोसों का भी दिल है ऐसी लेकिन वो दुकान जी बंद है नहीं पता नहीं क्या गल है वो स्पेशल जनाब उन्होंने दस्या कि उन्होंने पकौड़े समोसे बहुत मशहूर नहीं आज असा खानी को कढ़ाई छिड़ी जे पकौड़े खाने तो फिर वो मसला नहीं रहने का फिर मतलब वो मजा नहीं रहने का फिर वो काम खराब हो जाती अच्छा फ्रूट शूट खाओ निजाम चलाओ तो मुड़ गया जनाब कुछ अच्छी कोई कढ़ाई या कोई चीज लो असा जी खाओगे पकौड़े शकौड़े नहीं आए गला खराब करते अच्छा अच्छा असा वो फेमस ही ना वो दस रहे थे बहुत फेमस ने मतलब के जबरदस्त चीज है मतलब अगर मिला उठा ना कोई ड्रेस है तो फिर ले जाने हैं खा लेने हैं लेकिन वैसे नहीं वो दुकान आज बंद है फिर इंशाल्लाह अगर जिंदगी रही कुदा नेक्स्ट चक्कर लगा नहीं इधर तो फिर इंशाल्लाह ट्राई करा जनाब असा सफर नेक्स्ट शुरू करी दा हूं असा आखिया कि चलो थोड़ा हल्का फुल्का जड़ा ने को ले शेज या कुछ तरह चीज पानी शानी पिए स्पेशल एक्सप्लोर करन जा रहे एक्सप्लोर का मतलब है कि कुछ भी हो सकता है सरप्राइज हो सी सरप्राइज क्या पता केड़ी जगह है वैसे अपना गेस कर रहा हूं केड़ी जगह उसके कोई गेस नहीं फिलहाल तो यही गेस है कि तुम पापड़ शापड़ खाओ तो एंजॉय करो तो फिर अगली सूरत हाल देखने हैं कि क्या सूरत हाल है बंदे का आ रहा थले सुनाई है फिश फार्म नाल बड़ा अच्छा इस मॉल बनाई है ऐसा कुछ बता सकनी हो तो ऐसा साइड पर फिश फार्म है जी ऐ जेड़ा सामने नजर आ रहा है इससे बंदे ना अच्छा 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 मैं क्या वाला कोई डैम है ना इस सारा मतलब डैम है मेरा पानी दर चढ़े ट्रक ले आ रहा जी ਉਧਰੋਂ ਆ ਰਿਹਾ ਹੈ
ਇਹ ਕੋਟਲੀ ਲਈ ਮਾਰਿਆ ਕੋਟਲੀ ਪਤਾ ਟਰੱਕ ਸ਼ਰਕ ਬਹੁਤ ਜ਼ਿਆਦਾ ਇਸ ਰੋਡ ਪਰ ਹੋਣੀ ਉਹ ਯੂਟਿਊਬ ਤੇ ਸਪੈਸ਼ਲ ਰਿਕੁਐਸਟ ਹੋਣੀ ਹੈ ਕਿ ਇਥੋਂ ਜਿਹੜੇ ਟਰੱਕ ਚਲਾ ਕੇ ਚੀਜ਼ਾਂ ਨਹੀਂ ਜਿਹੜੀਆਂ ਇਸ ਤਰ੍ਹਾਂ ਜਿਹੜੀਆਂ ਸਾਡੇ ਇਹਨਾਂ ਨੇ ਤੁਸੀਂ ਵੀਡੀਓ ਜ਼ਰੂਰ ਜਾਣਾ ਕੁਝ ਕਲਿੱਪ ਲਾਇਆ ਕਰੋ ਇਹ ਪਰਿਲਾ ਉੱਡਣੀ ਹੈ ਲਪੀਆਂ ਇਹ ਮੱਝਾਂ ਹਨ ਹਾਲਸ ਦੁੱਧ ਲੱਭਣਾ ਹੈ ਇਥੋਂ ਇਹਨਾਂ ਮੱਝਾਂ ਨਾਲ ਇਹਨਾਂ ਮੱਝਾਂ ਨਾਲ अपनी लुक है तो कुछ है एक और ट्रक ए दो ट्रक गए राज साहब खाने तो क्या करने जी क्या राशि साहब जनाब राशि साहब चकने एक बहुत ज्यादा वैसे आंदे ने पापड़ छापड़ के व्यक्ति चलो एक हो बाद जी कोई होर अगर बारे सोचने अच्छा हाँ जी जनाब पापड़ ठीक सी जबरदस्त है जी ये तो जाहिर गल है इंटरनेशनल कंपनी है जी जी क्या हाल है लेज सही है ये तो उधर ही इया जी होंगे का तो वाल्टा दियो मैं खा राजा लपलाओ जी माल्टा दियो जी भाई रे खान मैं कच्ची ना शुरू हो रही है ये अपने पहाड़ी टाउन सारा है सिस्टम जेड़ा ना वो ठंडा इलाका अच्छा गर्मियां में जे उधर अगर रहो तो ते महसूस नहीं होना कि गर्मियां जेड़े इस ऊपर चले जानी है लगता है कि गर्मी है फाइनली जनाब एंट्री मारी जनाब राजधानी बाजार राजधानी जनाब बाजार पहुंच आए ते माशाल्लाह बड़ी ही खूबसूरत इधर लोगों कोठियां छोटियां बनाई हैं ते बाजार भी माड़े हाल जबरदस्त है क्या खाने हो जी तुसी बड़ा जबरदस्त बाजार है जी ते अल्हम्दुलिल्लाह बड़ी जबरदस्त बाजार है ए छोटा जा ए छोटा जा लेकिन मिल जानियां हां बिल्कुल कम हो जाना बिल्कुल जारा मजारा चल जाना ट्रक लगे असानी गड्डी अगे ते राह इधर मुश्किल नाल ही देने ने उन्हें माड़े हाल मुश्किल नाल ही थू राह लब्भेगा इस कोलों ट्रक ड्राइवर ने अपनी ड्राइवरी है ना हां नाले पहाड़ी एरिया है ना चलो वापसी तक ने इंशाल्लाह जे टाइम होया ना पहला सा चलिए कोई अगे कुछ फिर तो रवि हां जी जनाब ए वाटरफॉल असें जनाब लभी है इत्थे ए कोटली रोड पर जगह राजधानी माड़े हाल बाजार क्रॉस करके अगर आए हैं जड़ी वाटरफॉल है तो माशाल्लाह बड़े ही खूबसूरत इसना नज़ारा है तो चेक करो जनाब उस जगह तू जनाब ये आ रहा पानी उस जगह तू तो नीचे तक जा रहा उस जगह तक तो मेरे ख्याल सदाकत भाई गए हो इत बड़ा ही टाइम लगा सी कितना की टाइम लग गया सी कम अज कम अद्धा घंटा लग गया थले अद्धा घंटा जाने लगना तो इस तरह दो चार मिनट बड़ा अद्धा घंटा क्योंकि राह बहुत मुश्किल है वैसे तो तू मरे वाले अगर छाल मारो तो दोनों सेकंडा ही मना पुज जाना है हां वो तो वही है गल है वो तो फिर अपनी किस्मत है फिर बंदा वापस बचे नहीं आवना हां है गल है तो कौन केड़ी खाई है जनाब अच्छा मतलब उस तरह तुसी आए उस तरह अच्छा आमने रूट फिर है तुसा ये इस तरह जाने फिर इस तरह पर चढ़ के आए सो तो माशाल्लाह चेक कर लो कोटली रोड पर जड़ा ट्रक है जड़ा जिस टाइम ट्रक चलने तो इन्होंने अपने ही जड़ा अपनी लुक होनी है तो एक अपने जड़ा नज़ारे होने तो ये चीज़ा सिर्फ लभ सकनियाँ इधर कोटली रोड पर चेक करो जी कोटली रोड पर ट्रक जनाब जा रहे ट्रक तो माशाल्लाह फुल लोड है लगना ट्रक ट्रक लगना फुल लोड है लोड ज्यादा है वैसने पर नहीं 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 ये जनाब पक्के ड्राइवर ने पिंडे ड्राइवर ने इन्ना बड़िया मारा खादियां ने इस रोडा पर इन्ना रोडा पर बड़ा मजा माशाल्लाह चवा साइड पर पहाड़ ही पहाड़ नजर आ रहे चेक करो तुसा जनाब नजारे ए साइड पर भी पहाड़ ते सामने भी पहाड़ ते ए जनाब गड्डी खलाई असा इधर ते असा आखे चलो ए जड़ा नजारा गा इसकी बिल्कुल मिस नहीं करना चाहिए ये मिस हो गया समझो कि साड़ी वीडियो सारी बेकार हो जाएगी तुसा गए सो जिस टाइम थले तो पानी ने क्या सूरत हाल सी थोड़ा थोड़ा जी पानी थले या अच्छा पानी जाओ ना जेला उठा थुन लगना थोड़ा लेकिन बहुत गहरा जना खड्डा अच्छा ए थल्ले जागी पता लेना फिर क्या सीन है असन गए सा ना अच्छा कोई हो गया दो हफ्ते अच्छा लेकिन जेड़ा ना उस असन सोचे कि थोड़ा जे पानी है लेकिन थल्ले नजर को नहीं आवना अच्छा अच्छा साफ पानी है बिल्कुल
इतना डूंगा के थले मतलब वो नजर नहीं आना, मतलब इसना कोई सिरा बाद ही नजर नहीं आना। ठीक हो गया माशाल्लाह जी। असना सफर जड़ा जारी सी ते उस तो बाद इत एक जगह आ गई कोटली रोड परामनी है, जगह का ना तो नहीं पता लेकिन इतने अस चाह पीने वास्ते रुके सा, लेकिन इतने बरात जी फिलहाल तो चाह पीन लगी है ते इंशाल्लाह ये जानी है चाह पी के उस तो बाद असं इतने चाह पियाँगी। अब क्या सीन है जी? सीन ये है कि किराए टूटियां छुटियां हैं शहरों में। अच्छा अच्छा इसने आया तरीका है टूटी बंद हो गई है ये बंद है मतलब ये जदीद जदीद सिस्टम हो गया इसना ये तो जिगाड़ लाया चंगा भला होना टूटी लाने की जरूरत ही कोई अच्छा 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 तो राशि साहब इसना पानी पी के चेक कर उनके टेस्ट किया जाए पहाड़ी इलाके जाहिर गल है आए हैं इतने चश्मा जनाब तो इसना पानी ना कैसा टेस्ट है माशाल्लाह जी बहुत ही प्यारा टेस्ट है बहुत ही ठंडा पानी है। अच्छा ठंडा ज्यादा हुआ दरमियाना जाइए अच्छा मतलब ठीक है बाल सेट नहीं है मैं अच्छा फिर देखो नहीं फायदा दूध पत्ती चलना पानी पत्ती नहीं चलनी। ठीक हो गया चलो एक बार असा एक जगह तू पीती सी चाह लेकिन पानी च पत्ती पा दी सी ना ना दूध पत्ती पीसा पता लाई सी। चलो चलने जनाब उस होटल है पार सामने जड़ा वा ते उथे जाके जनाब पानी पत्ती नहीं सॉरी दूध पत्ती जनाब पीने जाके। अच्छा माशाल्लाह जी इथे एक नजर आई इथे कलीन पई है सदागत भाई अच्छा बड़ा ही फायदा है। अच्छा मतलब जो मर्जी करो इथे बैग है पकोड़े समोसे चाय चावल सारा कुछ इथे बैग है। माशाल्लाह जी पहली बारी असा ये चीज देखी है कि जनाब वो सामने होटल है जनाब अयान कश्मीर टेक वे उन्हें जनाब इतना बड़ा जबरदस्त सिस्टम किए है उत्थे जनाब उन्हें कुर्सियां लाइयां ते चाहे उत्थे तुसा जनाब बह के चाह शाह पियो ते चाहे जनाब इतने देसी माहौल प्योर देसी माहौल अच्छा वो दूर हो जानी है ते बड़ा ही डिफरेंट जाए सिस्टम नहीं इतना डिफरेंट है ना मौसम जड़ा ने खुशगवार है ट्रक आले भाई भी खलोते ने माड़े लई पानी शानी भरन गए ते उस सामने जनाब उस साइड पर गड्डी खलाई है ते ए चेक करो ट्रक जा रहा है ते उत्थे जनाब असा ਪਾਈਰੀ ਗੇਨ ਚਾਹ ਨਾਲ ਆਰਡਰ ਦੇਣ ਤੇ ਸੁਧੀਆ ਦਾ ਕਿ ਦੁੱਧ ਆਨੇ ਪਾਈਰੀ ਘਰੋਂ ਅੱਛਾ ਦੁੱਧ ਖਤਮ ਹੋ ਗਿਆ ਹਾਂ ਚਾਹ ਨਾ ਕੋਣੀ ਬਣਾਣੀ ਦੁੱਧ ਖਤਮ ਹੋ ਗਿਆ ਤਾਂ ਕਾਢੂ ਜਾਂ ਨੇ ਨਾ ਡੱਬੇ ਇਸਤੇਮਾਲ ਹੀ ਨਹੀਂ ਕਰਨਾ ਅੱਛਾ ਹਾਲਸ ਦੁੱਧ ਹਾਲਸ ਪਿਓਰ ਪਿਓਰ ਠੀਕ ਹੋ ਗਿਆ ਹੁਣ ਇਹ ਡਿਸਾਈਡ ਕਰੋਗੇ ਇੱਥੇ ਬਹਿ ਕੇ ਚਾਹ ਪੀਣੀ ਹੈ ਜਾਂ ਕਿ ਉੱਧਰ ਜਾਣਾ ਹੈ ਨਾ ਸਾ ਦਿਲ ਉੱਥੇ ਬਹਿ ਕੇ ਪੀਏ ਅੱਛਾ ਨਜ਼ਦੀਕ ਵੀ ਹੈ ਉੱਥੇ ਪੀਤਾ ਜਾ ਰਿਹਾ ਆ ਮਤਲਬ ਅੰਦਰ ਚਲੀ ਜਾਂ ਅੰਦਰ ਜਾ ਕੇ ਚੈੱਕ ਕਰਨੇ ਕਿ ਕੀ ਮਾਹੌਲ ਹੈ ਅੰਦਰ ਆ ਜਾ ਕੇ ਉੱਥੇ ਚੈੱਕ ਕਰਨੇ ਆ ਠੀਕ ਹੋ ਗਿਆ ਅਬ ਪੁੱਜੇ ਆ ਜੀ ਅਸਾਂ ਫਾਈਨਲੀ ਅਯਾਨ ਟੇਕ ਵੇ ਤੇ ਸਦਾਕਤ ਭਾਈ ਗੇਨ ਅੰਦਰ ਤੇ ਚਾਹ ਆਪਣੇ ਹੱਥਾਂ ਨਾਲ ਬਣਾਣਗੇ ਅਸਲਾਮ ਅਲੈਕੁਮ ਇਹ ਕੀ ਹਾਲ ਹੈ ਠੀਕ ਹੋ ਅਸਾਂ ਕੋਲ ਬਣਨੀ ਨਹੀਂ ਇੱਥੇ ਚੰਗੇ ਆ ਲੈਣੇ ਆ ਪਰ ਉਹ ਚੀਜ਼ ਨਹੀਂ ਬਣਨੀ ਐਸਾ ਕਰੋ ਇਹ ਭਾਈ ਨਹੀਂ ਬਣਾਉਣ ਦੀ ਔਰ ਚਾਹ ਨਾ ਨਾ ਚਾਹ ਤਾਂ ਇਹ ਬਣਾਤਾ ਮੈਂ ਚੈੱਕ ਕਰ ਰਿਹਾ ਨਾ ਅੱਛਾ ਅਸਾਂ ਕੋਲ ਦੋ ਟੇਸਟ ਨਹੀਂ ਆਉਣਾ ਅੱਛਾ ਆ ਦੁੱਧ ਨਹੀਂ ਹੈ ਜੀ ਚਾਹ ਤੱਕ ਹੋ ਡੋਲੀ ਨਾ ਛੋੜਿਓ ਚਾਹ ਬਣਾਣੇ ਮੈਂ ਨੇ ਡੋਲੀ ਨਾ ਜਾਏ ਕੰਟਰੋਲ ਆਪੂ ਸੰਭੋ ਜੀ ਇਹ ਨਾੜੀ ਬੰਦੇ ਤੋਂ ਕੰਮ ਪਰਤੇ ਹੋ ਗਏ ਜਨਾਬ ਪਹਾੜਾਂ ਚਾਹ ਜਿਹੜੀ ਉੱਛਲ ਕੇ ਬਾਹਰ ਆਉਣੀ ਆ ਤਾਂ ਬਣਾਣੇ ਉਹ ਕੋ ਨਹੀਂ ਆਉਣੀ ਇਹ ਅਸਲੀ ਜਾਂਦਾ ਇਹ ਅਸਲੀ ਚਾਹ ਨਕਲੀ ਚਾਹ ਤਾਂ ਉਹ ਜਿਹੜਾ ਦੇਸੀ ਚੂਚਾ ਆ ਉਸ ਕੋ ਉੱਠਣ ਨਹੀਂ ਆਉਣਾ ਬਹਿ ਰਹਿਣੀ ਹੈ ਇੱਕ ਮਿੰਟ ਇਹ ਲਾਇਆ ਤਾਂ ਚੁੱਕੀ ਬਾਹਰ ਆ ਗਈ ਹੈ ਇਹ ਤਾਂ ਅਸਲ ਹੈ ਅਸਲੀ ਅਸਲੀ ਚੀਜ਼ਾਂ ਨਹੀਂ ਹੈ ਨਿਸ਼ਾਨੀ ਹੈ ਨਾ ਅਸਲ ਚੀਜ਼ ਜ਼ਾਹਿਰ ਹੈ ਠੀਕ ਹੋ ਗਿਆ ਫਾਰਮੀ ਚੂਚਾ ਤਾਂ ਉਹ ਕੋ ਨਹੀਂ ਉੱਠਦਾ ਇਹ ਤੂੰ ਘਾ ਟਰਾਈ ਕਰੋ ਚਾਹ ਸਾਂ ਕਦੇ ਘੰਟਾ ਹੀ ਰੱਖੇ ਬਾਹਰ ਨਹੀਂ ਆਵਣ ਨਹੀਂ ਹਾਂ ਇੱਥਾ ਜਿਹੜਾ 5 ਮਿੰਟਾਂ ਚਾਹ ਬਾਹਰ सिर्फ चाह शाह रखी है या कोई और चीजा भी है ने अच्छा अच्छा खीर भी अच्छा खीर शीर भी था बनाने हो yeah. हर चीज मतलब खालिस प्योर देसी ठीक yeah. हो गया माशाल्लाह हम अस चाह पियाँगे टेस्ट करा कि चाह ना टेस्ट ना किया जाए
ते मैं ता फर्स्ट टाइम जड़ा नहीं इस जगह पर हूँ, चल जड़ा लगा पीन ते गुजरी ना ते काफी मतलब काफी बार इतू गुजर के गए हैं ते ए जगह ने क्या नाम है इसना क्या तमाल बूटी अच्छा 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 ए जनाब चेक करो तमाल बूटी जगह की ते ए कोटली रोड है इस साइड जाओगे तो कोटली है ते इधर जाओगे तो मीरपुर डडियाल बैठे चा शा लगे पीन इन्ना को पुछने अस्सलाम वालेकुम जनाब क्या हाल है ठीक हो सेहत कैसी है अच्छा तुसा भी यूट्यूबर हो अच्छा 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 ए मैं क्या माइक है पे आगा मैं क्या सदागत भाई होरे रखिया गा जनाब अस यूट्यूबर लाभ एक और बहुत ही अच्छी वीडियो बनाने हूँ शुरू किया या असा हूँ ही शुरू किया तुसा बनाने हो इक्का चैनल है जी इक्का चैनल है असा कठिया दो इंशाल्लाह बड़े बड़े थोड़ा थोड़ा तो आवाम क्या शुक्राने हो सर आवाम की इसने भी काफी सारिया नाता हुई हैं तलाफत हुई हैं असा ये चीजा चाहने हो सब चीजा अच्छा कश्मीर की ब्यूटी भी एक्सप्लोर कर रहे हो जी नाल नाल ना ते या इस तरह ना मतलब सारा कुछ बड़ा तहत घर ਕਿਹੜੀ ਜਗ੍ਹਾ ਘਰ ਤੁਸਾਂ ਨੇ ਅਸਾਂ ਨੇ ਖਾਦਮਬਾਦ ਡੜਿਆਲ ਤੋਂ ਆਏ ਆ ਅੱਛਾ ਡੜਿਆਲ ਤੋਂ ਆਏ ਖਾਦਮਬਾਦ ਉਹ ਅਦਰੀ ਸਾਧਨ ਸਾਹਿਬ ਨੇ ਗ੍ਰਾਮ ਗੋਲੋਂ ਅੱਛਾ 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 ਛੋਟਾ ਹੈ ਕੋਈ ਥੋੜੀ ਮੁੱਚ ਉਹਨਾਂ ਨੇ ਅਦਰੀ ਸਾਧਨ ਸਾਹਿਬ ਸੱਚੀ ਸਾਧਨ ਸਾਹਿਬ ਕੋਸ਼ਿਸ਼ ਹੈ ਕਿ ਰابطਾ ਕਰਾਂ ਉਹਨਾਂ ਨਾਲ ਥੋੜਾ ਜਿਹਾ ਥੋੜੀ ਉਹਨਾਂ ਨਾਲ ਵੀਡੀਓ ਸਟੂਡੀਓ ਬਣਾਓ ਤੇ ਫਿਰ ਬੰਦਾ ਪ੍ਰੋਮੋਟ ਹੀ ਜਾਣਾ ਅੱਛਾ ਵੈਸੇ ਤੁਸਾਂ ਨਾਲ ਅਸਾਂ ਨੇ ਇਤਫਾਕ ਨਹੀਂ ਮੁਲਾਕਾਤ ਹੋਈ ਹੈ ਤਾਂ ਜਿੱਥੇ ਤੁਸਾਂ ਚਾਹ ਪੀਤੀ ਹੈ ਤਾਂ ਚਾਹ ਨਾਲ ਟੇਸਟ ਚੇਸਟ ਕੋਈ ਇਸ ਬਾਰੇ ਚ ਚਾਚੇ ਰਾਂ ਚਾਹ ਕਾਬਲੇ ਤਾਰੀਫ ਹੈ ਚਾਚੇ ਰਾਂ ਚਾਹ ਚੰਗੀ ਬਣਾਈ ਅੱਛਾ ਪਿਓਰ ਦੇਸੀ ਦੁੱਧ ਹੈ ਨਹੀਂ ਹਾਂ ਦੇਸੀ ਦੁੱਧ ਹੈ ਠੀਕ ਹੋ ਗਿਆ ਚਾਹ ਵੀ ਜਨਾਬ ਆ ਗਈ ਹੈ ਤਾਂ ਇਨਸ਼ਾਅੱਲਾ ਅਸੀਂ ਵੀ ਟੇਸਟ ਕਰਾਂਗੇ ਚਾਹ ਨਾਲ ਕੱਪ ਸਹੀ ਖੋਰ ਬੁਲਾਣਾ ਹੁਣ ਸੰਗ ਜਨਾਬ ਕੀ ਕੱਪ ਹੋਰ ਚਾਹ ਨਾ ਪੀਏ ਪਿਆਲੀ ਅਸਾਂ ਪੀਤੀ ਖਾਈ ਪੀ ਆਇਆ ਪਹਿਲੇ ਤਾਂ ਜਜ਼ਾਕ ਅੱਲਾ ਤੁਸੀਂ ਵੀ ਖਾਦਾ ਅਸਾਂ ਨੂੰ ਖਾ ਫੇ ਅੱਜ ਕੈ ਸ਼ਡਿਊਲ ਸੀ ਜਨਾਬ ਦਾ ਸੀ ਤੁਸੀਂ ਵੀ ਤੈ ਜਸੋ ਇਤਫਾਕ ਹੋਈ ਗਿਆ ਚਲੋ ਇਹਦਾ ਇਤਫਾਕ ਨਹੀਂ ਸੀ ਮਿਲਿਆ ਨਹੀਂ ਤਾਂ ਅਸਾਂ ਤਾਂ ਕੋਈ ਪਤਾ ਨਹੀਂ ਸੀ ਕਿ ਤੁਸੀਂ ਵੀ ਯੂਟਿਊਬਰ ਹੋ ਜੀ ਮੁਰਸ਼ਿਦ ਹਾਂਜੀ ਕੀ ਬਾਣੇ ਹੋ ਚਾਹ ਨੇ ਬਾਰੇ ਚ ਬਾਣੇ ਆ ਕਿ ਬਹੁਤ ਜ਼ਬਰਦਸਤ ਹੈ ਅੱਛਾ ਆ ਗਿਆ ਨਹੀਂ ਨਹੀਂ ਝੂਠ ਨਹੀਂ ਮਾਰਨਾ ਸੱਚ ਸੱਚ ਤੁਸੀਂ ਜਨਾਬ ਆਪੇ ਚੈੱਕ ਕਰਨਾ ਅਗਰ ਮੈਂ ਝੂਠ ਬੋਲ ਰਿਹਾ ਮੈਂ ਤਾਂ ਪੀਤੀ ਹੈ ਤਾਂ ਮਾਸ਼ਾਅੱਲਾ ਜ਼ਬਰਦਸਤ ਹੈ ਲੇਕਿਨ ਤੁਸਾਂ ਨੂੰ ਮੈਂ ਤਾਂ ਸਹੀ ਆਇਆ ਜੀ ਕਿਉਂਕਿ ਐਸਾ ਨੇ ਵਜ੍ਹਾ ਤੂੰ ਤੁਸਾਂ ਤੱਕ ਕੇ ਹੋ ਸਕਣਾ ਹਜ਼ਾਰਾਂ ਬੰਦੇ ਇੱਥੇ ਚਾਹ ਪੀ ਕੇ ਜਾਣ ਤੇ ਗਲਤ ਨਹੀਂ ਦੱਸਣਾ ਹਾਂਜੀ ਜਨਾਬ ਸਰ ਚਾਹ ਬਹੁਤ ਅੱਛੀ ਹੈ ਅੱਛਾ ਮੈਂ ਅੱਗੇ ਪੀਜ਼ ਫੈਂਟੈਸਟਿਕ ਅੱਛਾ ਮਤਲਬ ਇੱਥੇ ਆ ਕੇ ਤੁਸਾਂ ਨੇ ਪੈਸੇ ਜ਼ਾਇਆ ਨਹੀਂ ਹੋਣ ਲੱਗੇ ਭੁੱਖ ਨਹੀਂ ਨੇ ਪਿਆਲੀ ਹਾਂ ਇਹ ਉਹ ਮਿਲੀ ਨਹੀਂ ਹੈ ਬਹੁਤ ਜ਼ਿਆਦਾ ਦੋ ਅਸਾਂ ਬਾਅਦ ਵਿੱਚ ਬਾਤ ਹੈ ਉਸ ਤੋਂ ਵੀ ਅੱਛਾ ਹੈ ਠੀਕ ਹੋ ਗਿਆ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਅਸਾਂ ਇਥੋਂ ਪੀਤੀ ਹੈ ਚਾਹ ਤੇ ਮੈਂ ਨਾ ਕਿਆ ਹੀ ਬਾਤ ਸੀ ਚਾਹ ਨਹੀਂ ਫੁੱਲ ਜਿਹੜੀ ਹੈ ਚਸ ਆਈ ਹੈ ਫੁੱਲ ਮਾਹੌਲ ਸੀ ਤੇ ਹੁਣ ਇਨਸ਼ਾਅੱਲਾ ਚੱਲਨੇ ਅੱਗੇ ਕਿਆ ਕੁਝ ਸਿਚੁਏਸ਼ਨ ਬਣਨੀ ਔਰ ਕਿਆ ਕੁਝ ਰੂਟੀਨ ਬਣਨੀ ਔਰ ਸੁਣਾ ਅੱਗੇ ਚੱਲ ਕੇ ਸ਼ੇਅਰ ਕਰਨੇ ਨਹੀਂ ਆਹਨੇ ਨਾ ਰੱਖ ਪੈਰ ਤੇ ਚੱਲ ਸ਼ਹਿਰ ਅੱਛਾ ਗਲਤ ਹੋ ਗਿਆ ਚਲੋ ਠੀਕ ਹੈ ਹੁਣ ਤੱਕਨੇ ਆਣ ਫਿਰ ਹੁਣ ਫਾਈਨਲੀ ਜਨਾਬ ਅਸਾਂ ਕ੍ਰਾਸ ਕੀਤਾ ਹੈ ਜਨਾਬ ਕਿਹੜਾ ਬਾਜ਼ਾਰ ਸੀ ਗੁਲਪੁਰ ਗੁਲਪੁਰ ਬਾਜ਼ਾਰ ਤੇ ਅਸਾਂ ਜਨਾਬ ਹੁਣ ਰੁਖ ਕਰਨ ਦਾ ਇੱਧਰ ਕਿਹੜੀ ਸਾਈਡ ਕੀਤਾ ਜੀ ਸੈਂਸਾ ਅਸਾਂ ਹੁਣ ਜਨਾਬ ਇੱਧਰ ਪੈ ਗਏ ਹਾਂ ਸੈਂਸ ਵਾਲੀ ਰੋਡ ਉੱਪਰ ਤੇ ਕੋਈ ਨਹੀਂ ਜੀ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਸਾਈਡ ਦਾ ਅਸੀਂ ਜਾ ਰਹੇ ਹਾਂ ਹੁਣ ਕੈਬ ਦਾ ਅਸੀਂ ਜਨਾਬ ਇੱਥੋਂ ਜਗ੍ਹਾ ਇਸਲਾਮਾਬਾਦ ਤੋਂ ਨਿਕਲੀਏ ਜਗ੍ਹਾ ਕਿਉਂਕਿ ਅੱਜ ਅਸੀਂ ਹੈ ਅਸਲ ਵਿੱਚ ਨਾ ਬਗੈਰ ਸ਼ਡਿਊਲ ਤੋਂ ਮਤਲਬ ਕੋਈ ਪਲੈਨਿੰਗ ਨਹੀਂ ਸੀ ਅਸਾਂ ਦੀ ਵਾਟਰਫਾਲ ਤੇ ਜਾਣਾ ਕੋਈ ਰੋਡ ਕਿਹੜੀ ਜਾਣੀ ਹੈ ਉਹ ਪਾਣੀ ਢਾਣਾ ਜਿਹੜਾ ਇਹ ਕਾਰ ਲੱਗੀ ਜਸੀ ਚਲੋ ਮਿਹਰਬਾਨੀ ਥੈਂਕ ਯੂ ਭਾਈ ਰੰਗੀ ਪੁੱਛਾਂ ਜਨਾਬ ਪਾਣੀ ਥੱਲੇ ਟਹਿਣਾ ਉਹ ਸਾਹਮਣੇ ਅਸਾਂ ਉੱਥੇ ਜਾਣਾ ਹੈ ਕੋਈ ਰਸਤਾ ਹੈ ਜਾਣੇ ਦਾ ਅਪਾਰ ਮਸਜਿਦ ਨੇ ਜੀ ਜੀ ਇਥੋਂ ਗਲੀ ਜਾਣੀ ਅਸੀਂ ਉਥੋਂ ਰੋਡ ਜਾ ਸਕਦੇ ਥੱਲੇ ਤੇ ਇਹਦਾ ਸਾਰਾ ਵੀਡੀਓ ਸ਼ੂਟ ਕਰਨੀ ਹੈ ਇਕੱਠੇ ਖਲਸਣ ਉਥੋਂ ਪਿਆਦਲ ਬਣ ਜਾਣਾ ਬਸ ਚਲੋ ਠੀਕ ਮਿਹਰਬਾਨੀ ਠੀਕ ਹੈ ਜੀ ਮਿਹਰਬਾਨੀ ਅੱਲਾਹ ਹਾਫਿਜ਼ ਜਾਣ ਕੇ ਹਾਲਾ ਠੀਕ ਹੋ ਉਹ ਬੁਨ ਵਾਟਰਫਾਲ ਉੱਥੇ ਜਾਣਾ ਹੈ ਤਾਂ ਇਹ ਰੋਡ ਜਾਣੀ ਹੈ ਜੇ ਪਾਣੀ ਢਾਣਾ ਹੈ ਇਹ ਰੋਡ ਬੁਨ ਜਾ ਸੀ ਜਦ ਰਾਈਟਰ ਸੋਨਾ ਜੀ ਜੀ ਬੂਟੇ ਇਕੱਠੇ ਖਲਿਆ ਤੁਸੀਂ ਥੋੜਾ ਜਾਓ ਜੀ ਗੱਡੀ ਖਲਾਈ ਰੋ ਤੁਸੀਂ ਬੂਟੇ ਕਿੰਨਾ ਟਾਈਮ ਲੱਗ ਗਿਆ ਸੀ ਉੱਥੇ ਥੱਲੇ ਜਾਣੇ ਥੈਂਕ ਯੂ ਮਿਹਰਬਾਨੀ ਚਲੋ ਇਸ ਵਾਟਰਫਾਲ ਦਾ ਕੀ ਨਾਮ ਹੈ ਕੀ ਨਾਮ ਹੈ ਜਗ੍ਹਾ ਦਾ ਸ਼ਾਹਦਰਵੇਸ਼ ਵਾਟਰਫਾਲ ਸ਼ਾਹਦਰਵੇਸ਼ ਵਾਟਰਫਾਲ ਹਾਂ ਦਰਬਾਰ ਵੀ ਆਇਆ ਥਾ ਕਿਆ ਸੀ ਇਹ ਦਰਬਾਰ ਤੁਸੀਂ ਬੈਠੋ ਬਿਮਾਰੀ ਸ਼ਮਾਰੀ ਹਾਂ ਚਲੋ ਠੀਕ ਹੈ ਚਲੋ ਜੀ ਭਾਈ ਨੇ ਇਨਫੋਰਮੇਸ਼ਨ ਦਿੱਤੀ ਹੈ ਜਗ੍ਹਾ ਬੜੀ ਐਵੀਂ ਜੀ ਹੈ ਰਾਮ ਨਾਲ ਹਾਂ ਅੱਛਾ ਜੀ ਮਾਸ਼ਾਅੱਲਾ ਬੜਾ ਖੂਬਸੂਰਤ ਏਰੀਆ ਇਹ ਵੀ ਬੜਾ ਪਿਆਰਾ ਵਿਊ ਹੈ ਜੀ ਇੱਥੋਂ
पता नहीं क्या मैं भी भूल गया क्या नाम दसिया ने शाहपुर ने सा लिया शाहपुर दे ओ दुए मुबशर सदीक दा ग्रां ने ए उस नाल ही लगना चल कोर टूर है थोड़ा शाहपुर कि माशाल्लाह सफर जड़ा असना बेहतरीन रहा यही गल है असा की जी अज ए भाई री लै गए बड़ा थैंक यू इन्होंने जी असा आए हैं यूके तू स्पेशल ते इन्होंने ना सुनिया सी असा ते इन्होंने वीडियो बड़ी तकने हैं जनाब अच्छा देख कश्मीर ना इन्होंने चैनल है बिल्कुल उसकी लाइक करो शेयर करो सब्सक्राइब करो ते बड़ी अच्छी अच्छी वीडियो बनाने ते असा की इन्हें टाइम ही दिता जनाब स्पेशल आज असें पता नहीं केड़े एरिए च लैक आए रहने आओ तुम आज कश्मीर की ब्यूटी दसी है मी तो कोई नहीं पता सही गल है मैं बगैर शेड्यूल तू आए हां लेकिन माशाल्लाह तुसा भी बहुत शुक्रिया तो जनाब अच्छा ठीक हो गया ते चलो जी बाकी इस वीडियो ना इत्थे करने एंड क्योंकि काफी लंबी वीडियो हो गई है मेरे ख्याल ते इंशाल्लाह बाकी नेक्स्ट जड़े असा चंगी चंगी वीडियो जना शेयर करने रहेंगे ते इस चैनल लाजमी सब्सक्राइब करना है ते हुन इस वीडियो ना मारे जिथे एंड कर छड़िए क्या ख्याल है ठीक हो